डैडी व्याज मैनु एक कुड़ी पसंद आ गई, यारां दोस्तां नाल मिलके ट्राई मारी, चौहां दरे सेट हो गई सोनिया नाल ओए मेरे कल्ले। ये ट्रेलर वो ट्रेलर सीगा जिदे विच बहुत घट लाफ्टर सी। तेरे घर दे मैनु शरे आप गाला कढ़दे ने। हां बोगंदिया वाला कढ़दे आ, बस डैडी है जो सुन लैंदे आ। जे चज दा बंदा हुंदा उहने दा सुननी भी नहीं सी। बहुत ज्यादा स्टोरी रिवील हुंदी सी ते उस करके वो ट्रेलर वरते नहीं गए। कुर्सियां तो उठ उठ के डिगणगे भी आपां तां पाया ही कुछ नहीं गया हाले। साली गंदी औलाद ना मजा ना सुआ। मैं हुण ही ये गल कहना, इन्हां सारिया ने आपदा काम फुल कीता, अगे फिल्म की किस्मत है। ओए केड़ी नस्ल है, इहदा हसबंड भी कुआरा है, डैडी भी कुआरा है। इन्ने बंदियां नाल इक फिल्म बनाउणी मेरे लिए भी एक प्राउड मूवमेंट सीगा कि यार इन्ने वड्डे आर्टिस्ट ने सारे, है ना, ते कोई किसी भी प्रोड्यूसर लई एड्डी वड्डी फिल्म बनाउणा एक बहुत वड्डी गल आ। कोई बड़ी पॉपुलर कॉफी है सिंगापुर दी, वो एकदम इन्हां ने सडन बंब सुट्टिया साडे ते कि मैनूं तां जित्थों मर्जी आ कॉफी पेश कीती जाए। इन्हां ने सिंगापुर पी ली, उस तों बाद सानूं पता जी असीं किवें तोते फड़ फड़ के वो चीज़ां रेडी कराइयां ने। Carry On Jatta is a landmark film and Carry On Jatta 2 lived up to the name and created a storm at the box office. Now we are back with Carry On Jatta 3 and here we are with Sonam Bajwa and Gippy Garewal to talk about the third film. Welcome to the Tribune. Thank you so much. ਸਾਡੀ ਹੁਣ ਥਰਡ ਫਿਲਮ ਕੈਰੀ ਔਨ ਜੱਟਾ ਆ ਰਹੀ ਹੈ ਅਤੇ ਤੁਸੀਂ ਇਸ ਮੂਵੀ 'ਚ ਕਿ ਪ੍ਰੋਡਿਊਸਰ ਹੋ, ਐਕਟਿੰਗ ਦੇ ਨਾਲ ਤੁਸੀਂ ਪ੍ਰੋਡਕਸ਼ਨ ਵੀ ਸੰਭਾਲੀ ਹੈ, ਕਿੰਨਾ ਕੁ ਔਖਾ ਸੀਗਾ ਕਿ ਪ੍ਰੋਡਕਸ਼ਨ ਵੀ ਐਂਡ ਐਕਟਿੰਗ ਵੀ? ਬਹੁਤ ਔਖਾ ਸੀ ਜੀ, ਇਹਨਾਂ ਨੂੰ ਸਾਹਮਣਾ ਕਿਤੇ ਸੌਖਾ ਵਾ। ਤੁਸੀਂ ਦੇਖੋ ਕਿੰਨੇ ਆਰਟਿਸਟ ਦੇ ਆਲੇ ਦੁਆਲੇ ਗਾਹ ਪੈ ਰਿਹਾ, ਰੌਲਾ ਪੈ ਰਿਹਾ, ਇੱਦਾਂ ਹੀ ਉੱਥੇ ਰੌਲਾ ਪੈਂਦਾ ਸੀ ਹੋਟਲ ਦੇ ਵਿੱਚ। ਮੈਨੂੰ ਯਾਦ ਆ ਜਿਸ ਜਿਸ ਲਾਈਨ 'ਚ ਸਾਡੇ ਕਮਰੇ ਸੀਗੇ ਉੱਥੇ ਤੱਕ ਗਾਹ ਹੀ ਪੈਂਦਾ ਜਾਣਾ ਹੁੰਦਾ ਸੀ। ਹਾ ਹੂ ਕਦੇ ਬੀਨੂ ਬਾਈ ਦਾ ਕਮਰਾ ਆ ਗਿਆ, ਕਦੇ ਕਿਸੇ ਦਾ ਆ ਗਿਆ। ਕੋਈ ਕਿਸੇ ਵੀ ਪ੍ਰੋਡਿਊਸਰ ਲਈ ਐਡੀ ਵੱਡੀ ਫਿਲਮ ਬਣਾਉਣਾ ਇੱਕ ਬਹੁਤ ਵੱਡੀ ਗੱਲ ਆ। ਸੋ ਇਹ ਮੇਰੇ ਹਿੱਸੇ 'ਚ ਆਇਆ ਅਤੇ ਆਮ ਸੋ ਹੈਪੀ। ਔਰ ਫਾਈਨਲੀ ਚੀਜ਼ਾਂ ਸਾਰੀਆਂ ਰਾਈਟ ਐਗਜੀਕਿਊਟ ਹੋਈਆਂ, ਫਿਲਮ ਪ੍ਰੋਪਰ ਬਣਾਈ ਗਈ, ਉਹਨੂੰ ਪ੍ਰੋਪਰ ਪ੍ਰਮੋਟ ਕੀਤਾ ਗਿਆ, ਸਾਰੇ ਆਰਟਿਸਟ ਐਡੀ ਵੱਡੀ ਕਾਸਟ ਆ, ਕੋਈ ਬੰਦਾ ਨਾਰਾਜ਼ ਨਹੀਂ, ਕੋਈ ਬੰਦਾ ਅਪਸੈਟ ਨਹੀਂ, ਸਾਰੇ ਬੰਦੇ ਖੁਸ਼ ਨੇ ਸਾਰਿਆਂ ਨੂੰ। ਕਿਉਂਕਿ ਕਈ ਵਾਰੀ ਕੀ ਹੁੰਦਾ ਛੋਟੀ ਛੋਟੀ ਗੱਲ ਦੇ ਉੱਤੇ ਕਿਸੇ ਨਾ ਕਿਸੇ ਦੀ ਪ੍ਰੋਬਲਮ ਹੋ ਜਾਵੇ ਜਾਂ ਕੁਛ ਹੋ ਜਾਵੇ, ਵੈਸੇ ਹੀ ਮੂਡ ਖਰਾਬ ਹੋ ਜਾਂਦਾ। ਸੋ ਟੱਚ ਵੁੱਡ ਇਹੋ ਜਿਹੀ ਕੋਈ ਚੀਜ਼ ਨਹੀਂ ਆਈ ਹੈਗੀ। We are so happy and blessed. A lot of people are comparing Carry On Jatta 3 to Karan Johar's film. ki ye Punjab di saadi Karan Johar di film hai. Te thonu eh sun ke je nahi sunya te main thonu dass rahi hai, main bahut lokan ton suni hai gal. Te thonu eh sun ke kiddan lag rahi hai? Koi pressure vi feel ho rahi hai ki? Nahi, pressure koi nahi hai ji. Assi ta khush hi khush haan ji. Kyunki film di jis tarike di vibe hai, jis tarike da mahol hai, oh bahut changa va. Jehde bande nu milde hain oh bahut appreciate kar rahe hain. ਜਦਕਿ ਮੈਂ ਜੈਨੂਅਲੀ ਦੱਸਾਂ ਕਿ ਇਸ ਫਿਲਮ ਦਾ ਟ੍ਰੇਲਰ ਕੱਟਣਾ ਇੰਨਾ ਕੁ ਜ਼ਿਆਦਾ ਔਖਾ ਸੀ। ਅਸੀਂ ਬਹੁਤ ਜ਼ਿਆਦਾ ਟ੍ਰੇਲਰ ਕੱਟੇ, ਇਹ ਮੈਨੂੰ ਯਾਦ ਆ 57 ਟ੍ਰੇਲਰ ਕੱਟੇ ਸੀ ਇਸ ਫਿਲਮ ਦੇ। ਅਤੇ ਇਹ ਟ੍ਰੇਲਰ ਉਹ ਟ੍ਰੇਲਰ ਸੀਗਾ ਜਿਹਦੇ ਵਿੱਚ ਬਹੁਤ ਘੱਟ ਲਾਫਟਰ ਸੀ, ਜਦਕਿ ਹੁਣ ਟ੍ਰੇਲਰ ਹੀ ਰਿਲੀਜ਼ ਕੀਤਾ ਗਿਆ, ਇਹਦੇ ਨਾਲੋਂ ਜ਼ਿਆਦਾ ਲਾਫਟਰ ਵਾਲੇ ਬਹੁਤ ਜ਼ਿਆਦਾ ਟ੍ਰੇਲਰ ਸੀਗੇ। ਅਤੇ ਸਿਰਫ ਇਹ ਸੀ ਕਿ ਉਹਨਾਂ 'ਚ ਕਹਾਣੀ ਬਹੁਤ ਰਿਵੀਲ ਹੁੰਦੀ ਸੀ, ਬਹੁਤ ਜ਼ਿਆਦਾ ਸਟੋਰੀ ਰਿਵੀਲ ਹੁੰਦੀ ਸੀ, ਅਤੇ ਉਸ ਕਰਕੇ ਉਹ ਟ੍ਰੇਲਰ ਵਰਤੇ ਨਹੀਂ ਗਏ। ਅਤੇ ਮੈਨੂੰ ਇੱਦਾਂ ਡਰ ਸੀ ਕਿ ਯਾਰ ਕਿਤੇ ਲੋਕਾਂ ਨੂੰ ਐਂ ਨਾ ਲੱਗੇ ਵੀ ਕੌਮੇਡੀ ਤਾਂ ਨਹੀਂ ਘੱਟ, ਬਟ ਇਹ ਟ੍ਰੇਲਰ ਜਦੋਂ ਦਾ ਆਇਆ ਹੋਇਆ ਇਹੀ ਟ੍ਰੇਲਰ ਨੂੰ ਲੋਕਾਂ ਨੇ ਇੰਨਾ ਕੁ ਜ਼ਿਆਦਾ ਐਪਰੀਸ਼ੀਏਟ ਕੀਤਾ। ਅਤੇ ਮੈਂ ਤਾਂ ਸੁਮੀਤ ਬਾਈ ਨਾਲ ਗੱਲ ਕਰਦਾ ਸੀ, ਮੈਂ ਕਿਹਾ ਭਾਅ ਜੀ ਵੀ ਕੁਰਸੀਆਂ ਤੋਂ ਉੱਠ ਉੱਠ ਕੇ ਡਿੱਗਣਗੇ, ਵੀ ਆਪਾਂ ਤਾਂ ਪਾਇਆ ਹੀ ਕੁਛ ਨਹੀਂ ਗਿਆ ਹਾਲੇ, ਇਹੀ ਠੀਕ ਲੱਗ ਰਿਹਾ ਨਾ। ਮੈਂ ਕਿਹਾ ਸ਼ੁਕਰ ਆ ਜੋ ਬਣਾਉਣਾ ਚਾਹੁੰਦੇ ਸੀ ਉਹ ਰਾਈਟ ਐਗਜੀਕਿਊਟ ਹੋਇਆ। ਜਿਹੜਾ ਆਰਟਿਸਟ ਵੀ ਡਬਿੰਗ ਕਰਨ ਜਾਂਦਾ ਸੀਗਾ, ਮੈਨੂੰ ਯਾਦ ਆ ਬੀਨੂ ਬਾਈ ਨੇ ਵੀ ਜਿੱਦਣ ਡਬਿੰਗ ਕੀਤੀ ਸੀ, ਇਹਦੇ ਮੈਨੂੰ 5-6 ਫੋਨ ਆਏ, ਹੋ ਗਿਆ ਕੰਮ, ਹੋ ਗਿਆ ਸਿਰੇ ਲੱਗ ਗਿਆ ਕੰਮ। ਘੁੱਗੀ ਭਾਈ ਦੇ ਫੋਨ ਆਏ, ਹੈ ਨਾ, ਕਿਉਂਕਿ ਉਹ ਬੰਦੇ ਨੇ ਜਿਹੜੇ ਕੰਮ ਹੀ ਕੌਮੇਡੀ 'ਚ ਕਰਦੇ ਨੇ, ਹੈ ਨਾ, ਖਾਸ ਕਰਕੇ ਘੁੱਗੀ ਭਾਜੀ, ਬੀਨੂ ਭਾਈ, ਸਾਰੇ ਦੇ ਸਾਰੇ, ਭੱਲਾ ਸਾਹਿਬ ਨੇ ਮੈਨੂੰ ਸਪੈਸ਼ਲ ਫੋਨ ਕੀਤਾ, ਹੈ ਨਾ। ਸੋ ਐਵਰੀਬਡੀ ਇਜ਼ ਸੋ ਐਕਸਾਈਟਡ। ਅਤੇ ਮੈਂ ਖੁਦ ਵੀ ਜਦੋਂ ਫਿਲਮ ਦੇਖੀ ਆ ਮੈਂ ਇੰਨਾ ਕੁ ਜ਼ਿਆਦਾ ਖੁਸ਼ ਹੋਇਆ, ਇੰਨਾ ਕੁ ਹੱਸਿਆ ਵਾਂ। ਮੇਰੀ ਟੀਮ ਜਿਹੜੀ ਮੈਨੂੰ ਹਮੇਸ਼ਾ ਓਨੈਸਟ ਓਪੀਨੀਅਨ ਦਿੰਦੀ ਆ, ਹੈ ਨਾ। ਸੋ ਜਦੋਂ ਫਿਲਮ ਚੰਗੀ ਹੋਵੇ ਫਿਰ ਕਾਹਦਾ ਪ੍ਰੈਸ਼ਰ ਨਹੀਂ। ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਇੰਨੇ ਗ੍ਰੈਂਡ ਲੈਵਲ 'ਤੇ ਤੁਸੀਂ ਇਹ ਮੂਵੀ ਬਣਾਈ ਹੈ, ਤੁਸੀਂ ਇਸ ਕੈਰੀ ਔਨ ਜੱਟਾ 1 ਅਤੇ 2 ਤਾਂ ਇੰਡੀਆ 'ਚ ਸ਼ੂਟ ਹੋਈ ਸੀ, ਇਹ ਮੂਵੀ ਤੁਸੀਂ ਲੰਡਨ 'ਚ ਸ਼ੂਟ ਕੀਤੀ ਹੈ, ਅਤੇ ਇਹਦੇ ਬਜਟਸ ਵੀ ਬਹੁਤ ਸਕਾਈ ਰੋਕਟਿੰਗ ਹੋਣਗੇ, ਅਤੇ ਮਤਲਬ ਉਹ ਜਿਹੜੀ
ਫਾਈਨੈਂਸ਼ੀਅਲੀ ਇਨਵੈਸਟਮੈਂਟ ਹੈਗੀ ਹੈ ਉਹਦੇ ਵੱਲੋਂ ਕੋਈ ਸਟ੍ਰੈਸ ਹੈਗਾ ਕਿ ਹਾਂਜੀ ਨਹੀਂ 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 ਇਦਾਂ ਦੀ ਕੋਈ ਸਟ੍ਰੈਸ ਨਹੀਂ ਹੈਗੀ ਕਿਉਂਕਿ ਇਟਸ ਅ ਬਿਗ ਫਿਲਮ ਜੋ ਮੈਂ ਸੋਚਿਆ ਸੀ ਉਵੇਂ ਹੀ ਆ ਆਲਰੇਡੀ ਅਸੀਂ ਇਹ ਚੀਜ਼ਾਂ ਐਕਸਪੈਕਟ ਕੀਤੀਆਂ ਹੋਈਆਂ ਸੀ ਕਿ ਇਹ ਚੀਜ਼ਾਂ ਇੱਦਾਂ ਹੋਣਗੀਆਂ ਔਰ ਦੂਸਰਾ ਪਤਾ ਕੀ ਹੈ ਜੀ ਇਹ ਚੀਜ਼ਾਂ ਦਿਸ ਇਜ਼ ਜਿਹੜਾ ਫਾਈਨੈਂਸ਼ੀਅਲ ਵਾਲਾ ਡਿਪਾਰਟਮੈਂਟ ਹੈ ਨਾ ਜੀ ਉਹ ਪ੍ਰੋਡਿਊਸਰ ਦਾ ਇੱਕ ਪਾਰਟ ਆਫ ਜੋਬ ਆ ਉਹ ਚੀਜ਼ਾਂ ਆਉਣੀਆਂ ਜਾਣੀਆਂ ਉਹ ਐਜ਼ ਇਟ ਇਜ਼ ਉਵੇਂ ਰਹਿਣੀਆਂ ਬਟ ਸਿਰਫ ਉਦੋਂ ਤੁਹਾਨੂੰ ਦੁੱਖ ਹੁੰਦਾ ਵਾ ਜਦੋਂ ਤੁਸੀਂ ਪੈਸਾ ਲਾਇਆ ਹੋਵੇ ਚੀਜ਼ਾਂ ਲਾਈਆਂ ਹੋਣ ਕੋਈ ਮਿਸਹੈਪਨ ਹੋ ਗਿਆ ਜਿਹਦੇ ਕਰਕੇ ਬਹੁਤ ਪੈਸਾ ਨੁਕਸਾਨ ਹੋ ਗਿਆ ਆਰਟਿਸਟਾਂ ਨੇ ਰਾਈਟ ਕੰਮ ਨਹੀਂ ਕੀਤਾ ਡਾਇਰੈਕਟਰ ਨੇ ਫਿਲਮ ਨਹੀਂ ਬਣਾਈ ਸੋ ਬਿਫੋਰ ਰਿਲੀਜ਼ ਆਫ ਦੈਟ ਫਿਲਮ ਮੈਂ ਹੁਣੇ ਇਹ ਗੱਲ ਕਹਿਣਾ ਇਹਨਾਂ ਸਾਰਿਆਂ ਨੇ ਆਪਦਾ ਕੰਮ ਫੁੱਲ ਕੀਤਾ ਅੱਗੇ ਫਿਲਮ ਦੀ ਕਿਸਮਤ ਹੈ ਫਿਲਮ ਕੀ ਕਰਦੀ ਆ ਸੋ ਆਮ ਸੋ ਹੈਪੀ ਕਿ ਇਹਨਾਂ ਨੇ ਜੋ ਕੁਛ ਕਰਨਾ ਸੀ ਉਹ ਸਾਰੀ ਟੀਮ ਨੇ ਫੁੱਲ ਐਫਰਟ ਕੀਤੀ ਡਾਇਰੈਕਟਰ ਨੇ ਫੁੱਲ ਵਧੀਆ ਬਣਾਈ ਰਾਈਟਰ ਨੇ ਲਿਖੀ ਐਕਟਰਾਂ ਨੇ ਸਾਰਿਆਂ ਨੇ ਰਾਈਟ ਕੰਮ ਕੀਤਾ ਬਿਲਕੁਲ ਕਿਸੇ ਨੇ ਤੰਗ ਨਹੀਂ ਕੀਤਾ ਐਜ਼ ਆ ਮੇਰੇ ਫਰੈਂਡ ਮੇਰੇ ਲਈ ਬਹੁਤ ਚੀਜ਼ਾਂ ਫੇਵਰ ਕੀਤੀਆਂ ਬਹੁਤ ਚੀਜ਼ਾਂ ਐਫਰਟ ਨਾਲ ਕੀਤੀਆਂ ਸੋ ਉਹ ਆਮ ਸੋ ਹੈਪੀ ਇੱਦਾਂ ਦੀ ਕੋਈ ਗੱਲ ਨਹੀਂ ਤੁਸੀਂ ਦੋਨੋਂ ਨੇ ਸੈਕਿੰਡ ਫਿਲਮ ਕੈਰੀ ਓਨ ਜੱਟਾ 2 ਤੋਂ ਬਾਅਦ ਹੁਣ ਕੈਰੀ ਓਨ ਜੱਟਾ 3 ਪੰਜ ਸਾਲਾਂ ਬਾਅਦ ਆਈ ਹੈ ਅਤੇ ਪੰਜ ਸਾਲਾਂ 'ਚ ਤੁਸੀਂ ਹੋਰ ਬਹੁਤ ਸਾਰੇ ਰੋਲਸ ਕੀਤੇ ਆਪਣੇ ਕਰੀਅਰ 'ਚ ਬਹੁਤ ਗਰੋਥ ਐਕਸਪੀਰੀਅੰਸ ਕੀਤੀ ਹੈ ਹੁਣ ਵਾਪਸ ਨਾਲ ਆਉਣਾ ਕਿੱਦਾਂ ਸੀਗਾ ਤੁਹਾਡੇ ਲਈ ਹਾਊ ਇਜ਼ ਇਟ ਫੋਰ ਯੂ ਸੋਨ ਵੈਰੀ ਨਾਈਸ ਮੈਨੂੰ ਲੱਗਦਾ ਕਿ ਦੇਰ ਇਜ਼ ਸੋ ਮੱਚ ਦੈਟ ਆਈ ਕੈਨ ਲਰਨ ਫਰੋਮ ਗਿੱਪੀ ਨੋਟ ਜਸਟ ਐਜ਼ ਐਨ ਐਕਟਰ ਬਟ ਹਾਊ ਹੀ ਹੈਜ਼ ਸੈਟ ਅਪ ਸੱਚ ਅ ਸਕਸੈਸਫੁਲ ਪ੍ਰੋਡਕਸ਼ਨ ਹਾਊਸ ਹਾਊ ਹੀ ਹੈਜ਼ ਸੈਟ ਅਪ ਸੱਚ ਅ ਸਕਸੈਸਫੁਲ ਮਿਊਜ਼ਿਕ ਕੰਪਨੀ ਹਾਊ ਹੀ ਇਜ਼ ਮੇਕਿੰਗ ਮਲਟੀਪਲ ਫਿਲਮਸ ਹੀ ਡਸ ਸੋ ਮੈਨੀ ਥਿੰਗਸ ਐਫਰਟਲੈਸਲੀ ਸੋ ਦੇਰ ਇਜ਼ ਸੋ ਮੱਚ ਟੂ ਲਰਨ ਓਬਜ਼ਰਵ ਸੋ ਆਮ ਵੈਰੀ ਹੈਪੀ ਐਂਡ ਆਈ ਮੀਨ ਹੀ ਹੈਜ਼ ਅ ਲੋਟ ਆਫ ਜਿਹਨੂੰ ਤੁਸੀਂ ਕਹੀਦਾ ਨਾ ਕਿ ਕਾਫੀ ਇਹਨਾਂ ਦਾ ਯੋਗਦਾਨ ਆ ਪੰਜਾਬੀ ਇੰਡਸਟਰੀ ਦੀ ਗਰੋਥ ਲਈ ਵੀ ਟੂ ਗਿਵ ਪੰਜਾਬੀ ਇੰਡਸਟਰੀ ਡਿਫਰੈਂਟ ਕਾਇੰਡ ਆਫ ਸਬਜੈਕਟਸ ਐਂਡ ਸਕ੍ਰਿਪਟਸ ਐਂਡ ਜੋਨਰਸ ਸੋ ਬਹੁਤ ਖੁਸ਼ੀ ਹੁੰਦੀ ਆ ਆਈ ਐਮ ਸੋ ਹੈਪੀ ਦੈਟ ਜਦੋਂ ਵੀ ਅਸੀਂ ਇਕੱਠੇ ਕੰਮ ਕੀਤਾ ਲੋਕਾਂ ਨੂੰ ਵੀ ਬਹੁਤ ਪਸੰਦ ਕੀਤਾ ਉਹ ਫਿਲਮਾਂ ਬਹੁਤ ਚੱਲੀਆਂ ਆ ਸਾਡੀ ਪੇਅਰਿੰਗ ਲੋਕਾਂ ਨੇ ਬਹੁਤ ਪਸੰਦ ਕੀਤੀ ਆ ਸੋ ਇਟਸ ਆਲਵੇਜ਼ ਰੀਅਲੀ ਗੁੱਡ ਟੂ ਵਰਕ ਵਿਦ ਹਿਮ ਗਿੱਪੀ ਤੁਸੀਂ ਹੁਣ ਦੱਸ ਰਹੇ ਸੀ ਦੈਟ ਸੋਨਮ ਇਜ਼ ਵੈਰੀ ਡਿਮਾਂਡਿੰਗ ਐਂਡ ਆਊਟ ਆਫ ਦੋਜ਼ ਡਿਮਾਂਡਸ ਮੈਂ ਸੁਣਿਆ ਕਿ ਵੀ ਕੋਈ ਬੜੀ ਪਾਪੂਲਰ ਕੌਫੀ ਹੈ ਸਿੰਗਾਪੁਰ ਦੀ ਸਾਨੂੰ ਉਸ ਡਿਮਾਂਡ ਤੁਸੀਂ ਉਹ ਡਿਮਾਂਡ ਕਿਵੇਂ ਪੂਰੀ ਕੀਤੀ ਉਹਦੇ ਬਾਰੇ ਵੀ ਦੱਸੋ ਬਿਕੋਜ਼ ਇਟਸ ਲਾਈਕ ਅ ਵੈਰੀ ਹੌਟ ਟੌਪਿਕ ਔਨ ਦੀ ਇੰਟਰਨੈਟ ਬਹੁਤ ਜ਼ਿਆਦਾ ਡਿਮਾਂਡਿੰਗ ਨਹੀਂ ਜੀ ਸੋਨਮ ਦਾ ਕੀ ਆ ਸੋਨਮ ਐਕਚੁਅਲੀ ਸੋਨਮ ਬਿਲਕੁਲ ਡਿਮਾਂਡਿੰਗ ਨਹੀਂ ਗੀ ਜਿਹੜੀਆਂ ਚੀਜ਼ਾਂ ਇਹਨੂੰ ਚਾਹੀਦੀਆਂ ਸੀ ਇਹਨੇ ਪਹਿਲਾਂ ਹੀ ਸਾਰੀਆਂ ਸ਼ੂਟ ਤੋਂ ਦੱਸਤੀਆਂ ਜਦੋਂ ਸਾਰੀਆਂ ਚੀਜ਼ਾਂ ਪਹਿਲਾਂ ਹੋ ਜਾਂਦੀਆਂ ਨੇ ਫਿਰ ਉਹਦੀ ਕੋਈ ਸਾਨੂੰ ਟਰਬਲ ਨਹੀਂ ਰਹਿੰਦੀ ਕਿਉਂਕਿ ਵੀ ਆਰ ਪ੍ਰਪੇਅਰਡ ਫੋਰ ਦੈਟ ਥਿੰਗ ਹੈ ਨਾ ਸਿਰਫ ਡਿਮਾਂਡ ਵਾਲੀ ਚੀਜ਼ ਇੱਕ ਹੀ ਆਈ ਵਿੱਚ ਵਿਚਾਲੇ ਜਿਹੜੀ ਆ ਕੌਫੀ ਵਾਲੀ ਆਈ ਉਹ ਇੱਕਦਮ ਇਹਨਾਂ ਨੇ ਸਡਨ ਬੰਬ ਸੁੱਟਿਆ ਸਾਡੇ 'ਤੇ ਕਿ ਮੈਨੂੰ ਤਾਂ ਜਿੱਥੋਂ ਮਰਜ਼ੀ ਆਹ ਕੌਫੀ ਪੇਸ਼ ਕੀਤੀ ਜਾਏ ਇਹਨਾਂ ਨੇ ਸਿੰਗਾਪੁਰ ਪੀ ਲਈ ਉਸ ਤੋਂ ਬਾਅਦ ਸਾਨੂੰ ਪਤਾ ਜੀ ਅਸੀਂ ਕਿਵੇਂ ਤੋਤੇ ਫੜ ਫੜ ਕੇ ਉਹ ਚੀਜ਼ਾਂ ਰੈਡੀ ਕਰਾਈਆਂ ਨੇ ਕਦੇ ਕਿਤੋਂ ਕੌਫੀ ਮੰਗਾਈ ਕਿਤੇ ਕਿਤੋਂ ਕੌਫੀ ਮੰਗਾਈ ਸੋ ਦੈਟ ਬਰਡ ਪੂਫ ਕੌਫੀ ਇਜ਼ ਅ ਰੇਜ ਯਾ ਆਈ ਸ਼ੁਡ ਗੇਟ ਰਾਇਲਟੀ ਔਨ ਦੈਟ ਇਫ ਦੈਟ ਲੁਕਸ ਲਾਈਕ ਯੂ ਆਰ ਦ ਵਨ ਹੂ ਇਸ ਗੋਇੰਗ ਟੂ ਬ੍ਰਿੰਗ ਇਟ ਟੂ ਇੰਡੀਆ ਪਲੀਜ਼ ਜਿਹੜਾ ਵੀ ਜਿਓ ਕੌਫੀ ਵੇਚੇ ਜਾਂ ਇੰਡੀਆ ਚੋ ਕੌਫੀ ਬਣਾਏ ਮੈਨੂੰ ਆ ਕੇ ਰਾਇਲਟੀ ਉਹਦੀ ਮਿਲਣੀ ਚਾਹੀਦੀ ਹੈ ਨਾ ਤੁਸੀਂ ਉਹ ਕੌਫੀ ਹੈ ਕਿ ਰਿਹਾ ਤਾਂ ਦੱਸ ਦੋ ਵਾਟਸ ਦ ਬਰਡ ਪੂਪ ਕੌਫੀ ਬਰਡ ਪੂਪ ਕੌਫੀ ਹੈ ਬਰਡ ਨੂੰ ਚੈਰੀ ਕਲਾ ਕੇ ਬਰਡ ਨੂੰ ਪਹਿਲਾਂ ਚੈਰੀ ਖਲਾਈ ਜਾਂਦੀ ਹੈ ਜਦੋਂ ਪੂਪ ਕਰਦਾ ਵਾ ਉਹਨੂੰ ਫਿਰ ਸੋਨਮ ਨੇ ਦੱਸਿਆ ਵੀ ਉਹਨੂੰ ਸੁਕਾ ਸੁਕੂ ਕੇ ਉਸ ਤੋਂ ਬਾਅਦ ਉਹਨੂੰ ਕੀ ਅੰਗਰੇਜ਼ੀ ਕੀ ਕਹਿੰਦੇ ਬਰਿਊ ਕਰਸ਼ ਕਰਕੇ ਬਰਿਊ ਬਰਿਊ ਕਰਕੇ ਫਰੈਸ਼ਲੀ ਬਰਿਊ ਕਰਕੇ ਫਿਰ ਉਹ ਕੌਫੀ ਬਣਾਈ ਜਾਂਦੀ ਆ ਫਿਰ ਇਹ ਐ ਉਹਦੀ ਘੁੱਟ ਭਰ ਕੇ ਕਹਿੰਦੇ ਆ ਅ ਨੋਵਲਟੀ ਫਾਰ ਕੌਫੀ ਲਵਰਸ ਤੇ ਤੁਸੀਂ ਹੁਣ ਦੱਸ ਰਹੇ ਸੀ ਵੀ ਤੁਸੀਂ ਇੰਨੇ ਸਾਰੇ ਟ੍ਰੇਲਰਸ ਬਣਾਏ ਤੇ ਫਿਰ ਉਸ ਤੋਂ ਬਾਅਦ ਇਹ ਟ੍ਰੇਲਰ ਤੁਸੀਂ ਲਾਂਚ ਕੀਤਾ ਤੇ ਇਸ ਟ੍ਰੇਲਰ ਲਾਂਚ ਤੇ ਤੁਸੀਂ ਆਮਿਰ ਖਾਨ ਤੇ ਕਪਿਲ ਸ਼ਰਮਾ ਬਹੁਤ ਕਪਿਲ ਸ਼ਰਮਾ ਇਜ਼ ਅ ਹਾਊਸ ਹੋਲਡ ਨੇਮ ਐਂਡ ਆਮਿਰ ਖਾਨ ਇਜ਼ ਅ ਯੂ ਨੋ ਇਜ਼ ਅ ਬਿਗ ਸਟਾਰ ਯਾ ਸੇ ਤੁਸੀਂ ਪੰਜਾਬੀ ਸਿਨੇਮਾ ਦੇ ਪੰਜਾਬੀ ਸਿਨੇਮਾ ਲਈ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਟ੍ਰੇਲਰ ਲਾਂਚ ਤੇ ਲੈ ਕੇ ਉਹ ਹਾਊ ਡਿਡ ਇਟ ਆਲ ਟ੍ਰਾਂਸਪਾਇਰ ਪੁਰਾਣੇ ਦੋਸਤ ਨੇ ਜੀ ਸਾਡੇ ਅਤੇ ਕਪਿਲ ਵੀ ਸਾਡਾ ਭਰਾ ਬਹੁਤ ਅਸੀਂ ਬਹੁਤ ਟਾਈਮ ਤੋਂ ਜਾਣਦੇ ਹਾਂ ਇੱਕ ਦੂਜੇ ਨੂੰ ਅਤੇ ਆਮਿਰ ਭਾਅ ਜੀ ਨੂੰ ਵੀ ਮੈਂ ਬਹੁਤ ਪੁਰਾਣਾ ਜਾਣਦਾ ਸੋ ਇਜ਼ ਵੈਰੀ ਗੁੱਡ ਫਰੈਂਡ ਅਤੇ ਉਹ ਉਹਨਾਂ ਨੂੰ ਅਸੀਂ ਕਿਹਾ ਕਿ ਅਸੀਂ ਇੱਦਾਂ ਟ੍ਰੇਲਰ ਲਾਂਚ ਕਰਨਾ ਅਤੇ ਅਸੀਂ ਚਾਹੁੰਦੇ ਹਾਂ ਅਤੇ ਉਹ ਆਏ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਨਹੀਂ ਕਰਨਾ ਉਹ ਕਹਿੰਦੇ ਦੱਸ ਮੈਂ ਦੱਸਿਆ ਕੈਰੀ ਓਨ ਜੱਟਾ ਕਹਿੰਦੇ ਇਹ ਤੋਂ ਯਾਰ ਔਰੇ ਇਹ ਤਾਂ ਸਭ ਤੋਂ ਵੱਡੀ ਫਿਲਮ ਹੈ ਅਤੇ ਉਹਨਾਂ ਨੂੰ ਪਤਾ ਸੀ ਮੇਰੇ ਕਰਕੇ ਫਿਲਮ ਦੇ ਬਾਰੇ ਕਹਿੰਦੇ ਹਾਂ ਹਾਂ ਬਿਲਕੁਲ ਕਰੇਂਗੇ ਅਤੇ ਜਦਕਿ ਉਹਨਾਂ ਨੇ ਪਹਿਲੇ ਦੇਖੀਆਂ ਨਹੀਂ ਸੀ ਹੋਈਆਂ ਕੋਈ ਪੰਜਾਬੀ ਫਿਲਮ ਅੱਜ ਤੱਕ ਦੇਖੀ ਨਹੀਂ ਗਈ ਉਹਨਾਂ ਨੇ ਅਤੇ ਮੈਨੂੰ ਪੁੱਛਿਆ ਵੀ ਕੀ ਕਹਿਣਾ ਉੱਥੇ ਮੈਂ ਕਿਹਾ ਭਾਅ ਜੀ ਆਪਣੇ ਮਨ ਨਾਲ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਹੋ
सो आए उन्होंने साड़ी पूरी इंडस्ट्री नू एप्रीशिएट कीता साड़ी फिल्म नू ट्रेलर नू एप्रीशिएट कीता ट्रेलर लॉन्च बॉम्बे एक पैन इंडिया जिहड़ी एक्सपेक्टेशन है वो बन चुकी है वी कैरी ऑन जट्टा थ्री आ रही है फिर तुसी इन्नी मतलब आई कैन सी हाउ मच एफर्ट यू पुटिंग इन फॉर द प्रमोशंस एंड एवरीथिंग सो There's a lot of excitement. Are you guys also as excited? Both. Very excited. Maybe we don't look as excited right now because we are jet lagged. We've been working and promoting without a break from last 20 days. The whole team is very excited and we're so thankful for your support, for everyone's support. Like when people come and tell us that how, like this. Waiting for the film to come out on 29th. We feel very happy. We feel like, okay, we've done something right along the way. Like I said, we don't look maybe as excited at this moment because we've been working non-stop, but the whole team is very excited. Swanam ji, neend chale? Haan, main waqai hun neend ch. Pata nahi, coffee ne bhi asar nahi kita. Main coffee bhi piti hai ek. We'll keep it short. Just two lines about having Shinda on board. He has a star power of his own. So, having him around, I think when that kid is in the frame, everything else just is not important. मतलब वो इतना छोटा है ते उधे मतलब उधे च इतना talent है उधे नाल काम करना थानू कितना लगता है? I'm always in awe whenever Shinda is working, delivering dialogues. I can't even ask him so many questions क्योंकि मेरे को पता है कि उन्हें आपने नहीं पता कि what he's carrying या how fabulous he is par e galla ki he's a star he's yeah. a born and star he's a natural and he is lights up the screen so I totally agree with you when you say that when he's in frame nothing else matters yeah so no as a father mainu bahut proud feel hunda ji mainu badi khushi hundi hai jadon log chinde de bare gal karde hai ja chinde udda but ki hai ke jehdi odi present jis position jo hun aap hega va सो मैं लगता कि साड़ी पूरी टीम के एको बंदा वा जिन्हों कोई लेना देना नहीं है किसी चीज़ से है ना जो हौसला रख भी आई मैंने याद आते हौसला रख हिट हो गई तो मैं छिंदे फोन किया इंडिया तो मैं कहा छिंदे तेरी फिल्म बहुत हिट हो गई ये वो फलाट कहना अच्छा मैं क्या हाँ मैं क्या इदा हो गया कहना वाओ कहना अच्छा पापा मैं तुम्हें एक गल दस रही थी एक मेरे मुंडा वा स्कूल मेरी लड़ाई हो गई उस पासे कहता ओके मैं क्या क्योंकि बच्चे नूं पता नहीं ना उन्हें लगता भी अच्छा हाँ लोगों ने फिल्म देख ली वो कहता ठीक है गल मुक गई होना है ना भी होर गल करा है ना हुण जिवें मैं उत्थे आना ना मैनूं कहिंदा उहनूं कोई नहीं उहने कीता मैं क्या ट्रेलर लॉन्च आ जाइए वो है ना तो वो आमिर भाई नूं हले भी पीके अंकल कहिंदे आ क्योंकि उदों पीके आउणी सी जदों उहनां दा रिलेशन होया उस तों बाद पीके अंकल ही चक लिया उन्होंने तो मैं कहिंदे पीके अंकल आए सीगे मैं क्या हाँ कहिंदा ओके उहनूं अच्छा लगा ट्रेलर कहिंदा हाँ ओके उहने कदे नहीं पुछिया भी मेरा ठीक लग्या ज मेरा ऐ लग्या मेरा उन्हें उन्हें कदे आपका सीन करके मैं ये भी नहीं पूछा मेरा ठीक है अगर मेरा गलत आ डबिंग कर गया डबिंग भी करके वो भी आ जाता कदे नहीं पूछता मैं क्या एक तेरी लाइन इदा मैं आह करनी है कहना ओके वो जाता बस उन्हें जी टॉक आदि टॉक होंगी बस आपके फ्रेंडा वाली स्कूल वाली टीचर ना आया हो घर आ हो गया छिंदे एक बंद लड़ पाया गुरबाज ने ऐ किया बस वही जाते जाते इस मूवी दो सोंगस गाए है एक आतिफ असलम का सोंग है जो भी फेवरेट सोंग है दो लाइन सुनाओ सुन जी सोनम जी नूं आतिफ दा गाना ते फरिश्ते गाना बहुत वधिया लगदा ये अक्सर तौर दे उत्ते अपनी तनहाई में वही गाना गाते हैं ते तुसीं दस्सिया किन्नी वारी तुसीं किन्नी वारी कहा मैं उदन कल जहाज दे विच सुत्ता पिया साइड दे उत्ते मेरी नींद खुली जदों मैं देखिया साइड दे उत्ते तुसीं अलाप लैके आ रहे सी वी प्राग वाला कुछ भी तुसीं सुपने च देखिया होणा मैं तुसीं सानूं गाना कहड़ा सुनाया ओ कैरी ऑन जट्टा 3 कैरी ऑन जट्टा 3 Thank you so much. And we hope there's going to be a Carry On Jatta 4 as well. Wow.